ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜਿਉਂਆਂ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ ਸਰਦਾਰ ਸਾਹਿਬ ਅਕਾਲੀ ਦਲ ਬਾਦਲ ਦੇ ਵੱਡੇ ਆਗੂ ਤਿੰਨ ਚਾਰ ਆਗੂ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਪਿਛਲੇ ਸਮੇਂ 'ਚ ਕਿਉਂ ਉਹ ਗੈਰ ਰਸਮੀ ਗੱਲਬਾਤ ਦੇ ਵਿੱਚ ਅਕਸਰ ਜ਼ਿਕਰ ਛੇੜਦੇ ਆ ਕਿ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਜਾਂਦੇ ਹਾਂ ਸਿਆਸਤ ਦੀ ਗੱਲ ਕਰੀਦੀ ਹੈ ਅਤੇ ਉਹ ਚੁੱਪ ਵੱਟ ਜਾਂਦੇ ਬਹੁਤਾ ਹੁੰਗਾਰਾ ਨਹੀਂ ਭਰਦੇ ਬਿਲਕੁਲ ਠੀਕ ਹੈ ਔਰ ਕੋਈ ਸਲਾਹ ਨਹੀਂ ਦਿੰਦੇ ਠੀਕ ਲੇਕਿਨ ਬੀਤੇ ਕੱਲ ਐਤਵਾਰ ਵਾਲੇ ਦਿਨ ਬਠਿੰਡੇ 'ਚ ਹੋਈ ਰੈਲੀ ਅਤੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਕ ਇੱਕ ਦਾ ਨਾਂ ਲੈ ਕੇ ਸ਼ਾਬਾਸ਼ ਦਿੰਦੇ ਆ ਫਿਰ ਨਾਲ ਹੀ ਕਹਿੰਦੇ ਲੜਿਆ ਨਾ ਕਰੋ ਸਲਾਹ ਬੜੀ ਸੋਹਣੀ ਦਿੰਦੇ ਹਾਂ ਵੀ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਠੀਕ ਅਤੇ ਦਖਲ ਅੰਦਾਜ਼ੀ ਬਹੁਤੀ ਨਾ ਕਰਿਆ ਕਰੋ ਥੱਲਿਓ ਠਾਕਾ ਗੂੰਜਦਾ ਖਿੜਖੜਾ ਕੇ ਲੋਕ ਹੱਸਦੇ ਕਹਿੰਦੇ ਦੇਖ ਲਓ ਇਹਨਾਂ ਨੂੰ ਸਭ ਪਤਾ ਹੈ ਜਿਹੜੇ ਸਾਹਮਣੇ ਬੈਠੇ ਕਿ ਤੁਸੀਂ ਕੀ ਕੁਝ ਕਰਦੇ ਹੋ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਮੁਕੰਮਲ ਅੱਧੇ ਘੰਟੇ ਤੋਂ ਜ਼ਿਆਦਾ ਦੀ ਜਿਹੜੀ ਉਹਨਾਂ ਦੀ ਸਪੀਚ ਸੀ ਭਾਸ਼ਣ ਸੀ ਜੀ ਉਹਦੇ ਵਿੱਚ ਪੂਰਾ ਦ੍ਰਿਸ਼ ਸਿਰਜ ਰਹੇ ਸੀ ਪੂਰਾ ਦ੍ਰਿਸ਼ ਬਿਲਕੁਲ ਉਹ ਨੈਸ਼ਨਲ ਰਾਜਨੀਤੀ ਨੂੰ ਲਿਆ ਰਹੇ ਸੀ ਜੀ ਕਾਂਗਰਸ ਦੀਆਂ ਜਿਹੜੀਆਂ ਰਵਾਇਤੀ ਪ੍ਰਚਰਚਾ ਦਾ ਅੰਦਾਜ਼ ਹੈ ਉਹਨਾਂ ਦਾ ਉਹਨਾਂ ਨੂੰ ਕੋਸਤੇ ਪਏ ਸੀ ਜੀ 84 ਕਤਲਾਮ ਦੀ ਗੱਲ ਕਰਦੇ ਆ ਤੇ ਕਾਂਗਰਸ ਦੇ ਨੈਗੇਟਿਵ ਰੋਲ ਦੀ ਗੱਲ ਕਰਦਿਆਂ ਆਪਣੇ ਭਾਈਵਾਲਾਂ 'ਤੇ ਤੰਜ ਕੱਸ ਦਿੰਦੇ ਜੀ ਦੇਸ਼ ਦਾ ਮਾਹੌਲ ਠੀਕ ਨਹੀਂ ਘੱਟ ਗਿਣਤੀਆਂ ਦੀ ਰਾਖੀ ਕਰਨੀ ਬਣਦੀ ਆ ਇਹੀ ਇਸ ਦੇਸ਼ ਦਾ ਮੂਲ ਆਧਾਰ ਹੈ ਬਿਲਕੁਲ ਠੀਕ ਪ੍ਰਕਾਸ਼ ਸਿੰਘ ਬਾਦਲ ਮੁਕੰਮਲ ਰੂਪ ਦੇ ਵਿੱਚ ਇੱਕ ਤਸਵੀਰ ਬਣਾ ਰਹੇ ਸੀ ਜਿਹੜੀ ਦਹਾਕਿਆਂ ਪਹਿਲਾਂ ਬਣਾਉਂਦੇ ਆਏ ਜਿਹੜਾ ਮਹਾਂਦਰਾ ਸੀ ਬਦਲਿਆ ਜਿਹਾ ਲੱਗਾ ਮੈਂ ਕਿਹਾ ਦਲ ਦਾ ਮਹਾਂਦਰਾ ਬਦਲਿਆ ਹੋਇਆ ਦਲ ਦਾ ਮਹਾਂਦਰਾ ਬਦਲਿਆ ਲੱਗਦਾ ਸੀ ਬਠਿੰਡੇ ਤੋਂ ਮੁਕੰਮਲ ਯੁੱਧ ਦੇ ਵਿੱਚੋਂ ਨਿਕਲ ਕੇ ਆਏ ਹਾਂ ਸਥਾਨਕ ਐਮ ਪੀ ਜੀ ਪਰਿਵਾਰ ਦੇ ਵੱਡੇ ਮੈਂਬਰ ਬਿਲਕੁਲ ਬਿਲਕੁਲ ਨਦਾਰਦ ਸੀ ਨਹੀਂ ਆਏ ਨਦਾਰਦ ਸੀ ਐਤਵਾਰ ਸੀ ਬਿਲਕੁਲ ਲੋਕ ਸਭਾ 'ਚ ਛੁੱਟੀ ਸੀ ਮੰਤਰਾਲੇ 'ਚ ਛੁੱਟੀ ਸੀ ਜੀ ਲੇਕਿਨ ਉਹ ਬਠਿੰਡੇ ਵੀ ਨਹੀਂ ਸੀ ਔਰ ਜਿਨ੍ਹਾਂ ਨੇ 10 ਸਾਲ ਰਾਜ ਭਾਗ ਮਾਣਿਆ ਜਿਹੜੇ ਮਤਲਬ ਆਪਣੇ ਬੜੇ ਉੱਚੀ ਆਵਾਜ਼ ਬੁਲੰਦ ਆਵਾਜ਼ ਨਾਲ ਬੋਲਣ ਲਈ ਜਾਣੇ ਜਾਂਦੇ ਆ ਬੜਾ ਜ਼ੋਰ ਲਾ ਕੇ ਵਿਰੋਧੀਆਂ ਨੂੰ ਟੱਕਰਦੇ ਸੀ ਉਹ ਵੀ ਤਾਂ ਗਾਇਬ ਸੀ ਕੱਲ੍ਹ ਉਹ ਤਾਂ ਸੰਗਰੂਰੋਂ ਵੀ ਗਾਇਬ ਸੀ ਇੱਕ ਸੈਗਮੈਂਟ ਕੀਤਾ ਸੀ ਤੁਸੀਂ ਭੁੱਲੋ ਨਾ ਤਾਂ ਜੀ ਕਿ ਟੱਬਰ ਮੁਕਤ ਸਿਆਸਤ ਦਾ ਐਲਾਨ ਹੋ ਸਕਦਾ 2 ਫਰਵਰੀ ਨੂੰ ਸੰਗਰੂਰ ਦੀ ਰੈਲੀ 'ਚ ਲੇਕਿਨ ਅਗਲੇ ਦਿਨ ਅਸੀਂ ਇੱਕ ਛੋਟਾ ਜਿਹਾ ਦੱਬਵੀਂ ਸੁਰ 'ਚ ਕਿਹਾ ਸੀ ਜੀ ਕਿ ਵਾਕਿਆ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਪਰਿਵਾਰ ਦੇ ਅਹਿਮ ਹਿੱਸੇ ਉਹ ਉੱਥੋਂ ਸ਼ਾਮਿਲ ਨਹੀਂ ਸੀ ਹੋਏ ਅਤੇ ਹੁਣ ਬਠਿੰਡੇ ਵਾਲੀ ਰੈਲੀ ਤਾਂ ਹੈ ਹੀ ਉਹਨਾਂ ਦੀ ਘਰ ਦੀ ਰੈਲੀ ਸੀ ਜਿਹੜੇ ਲੋਕਲ ਐਮ ਪੀ ਆ ਉਹਨਾਂ ਦਾ ਉੱਥੇ ਨਾ ਆਉਣਾ ਇਹ ਸੰਕੇਤ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਜਿਹੜੀ ਦਹਾਕਿਆਂ ਤੱਕ ਫੈਲੀ ਹੋਈ ਆ ਉਹਦਾ ਮੁੜ ਆਗਮਨ ਹੋ ਰਿਹਾ ਹਾਂ ਉਹਨਾਂ ਦੇ ਪਿੱਛੇ ਹਰਚਰਨ ਬੈਂਸ ਦਾ ਖੜੇ ਹੋਣਾ ਅਤੇ ਉਹਨਾਂ ਦੇ ਹੱਥ ਵਿੱਚ ਜਿਹੜਾ ਪੇਪਰ ਸੀ ਉਹਦੇ ਉੱਤੇ ਉਹ ਪੀੜੇ ਮਾਰਕਰ ਨਾਲ ਨਿਸ਼ਾਨ ਲੱਗਿਆ ਹੋਣਾ ਹਾਈਲਾਈਟ ਕੀਤਾ ਹੋਣਾ ਹਾਈਲਾਈਟ ਕੀਤਾ ਹੋਣਾ ਇਹ ਦਰਸਾਉਂਦਾ ਹੈ ਕਿ ਪੈਂਤੜੇ ਬਦਲ ਲਏ ਗਏ ਆ ਅਤੇ ਲੀਹਾਂ ਪੁਰਾਣੀਆਂ ਫੜ ਲਈਆਂ ਗਈਆਂ ਔਰ ਦੇਖੋ ਬਠਿੰਡੇ ਦੇ ਵਿੱਚ ਕੀ ਦਿੱਤਾ ਬਠਿੰਡੇ ਨੂੰ ਜੀ ਉਹ ਪੂਰਾ ਕਰਮਵਾਰ ਉਹਨਾਂ ਨੇ ਗਿਣਾਇਆ ਜੀ ਲੇਕਿਨ ਇੱਕ ਗੱਲ ਜਿਹੜੀ ਉਹਨਾਂ ਨੇ ਆਮ ਆਪਣੇ ਪਾਰਟੀ ਵਰਕਰਾਂ ਨੂੰ ਕਹੀ ਆ ਜੀ ਕਿ ਆਪਣੇ ਆਲੇ ਦੁਆਲੇ ਵੇਖਿਆ ਕਰੋ ਤੁਹਾਡਾ ਸਾਥੀ ਕੌਣ ਆ ਤੁਹਾਡਾ ਹਮਦਰਦ ਕੌਣ ਆ ਇੱਕ ਹੋਰ ਸਵਾਲ ਕਿ ਸੁਖਜਿੰਦਰ ਸਿੰਘ ਰੰਧਾਵਾ ਹਾਂ ਗੁਰਪ੍ਰੀਤ ਕਾਂਗੜ ਬਿਲਕੁਲ ਅਤੇ ਭਾਰਤ ਭੂਸ਼ਣ ਆਸ਼ੂ ਉਹਨਾਂ ਵੱਲੋਂ ਸਰਕਾਰੀ ਤੌਰ 'ਤੇ ਅਤੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਬਿਆਨ ਆਇਆ ਜੀ ਕਿ ਬਾਦਲ ਸਾਹਿਬ ਬੜਕਾ ਮਾਰਨ ਦੀ ਬਜਾਏ ਜਿਹੜੀ ਆਪਣੇ ਭਾਈਵਾਲਾਂ ਨੂੰ ਨਸੀਹਤ ਦੇਣ ਦੀ ਬਜਾਏ ਜੀ ਚੰਗਾ ਹੋਵੇ ਕਿ ਉਹ ਸੱਤਾ 'ਚੋਂ ਵਾਪਸੀ ਕਰਨ ਬਿਲਕੁਲ ਉਹ ਆਪਣਾ ਜਿਹੜਾ ਮੈਂਬਰ ਉਹਨਾਂ ਦਾ ਉੱਥੇ ਮੰਤਰਾਲੇ 'ਚ ਹੈ ਹਾਂ ਉਹ ਵਜ਼ਾਰਤ ਵਿੱਚੋਂ ਬਾਹਰ ਆਉਣ ਸਵਾਲ ਬੜੇ ਜਾਇਜ਼ ਆ ਹੁਣ ਇੱਕ ਸਵਾਲ ਆ ਕਿ ਬਠਿੰਡੇ ਦੇ ਵਿੱਚ ਇਹ ਵੱਡਾ ਇਕੱਠ ਸੀ ਪੂਰਾ ਰੌਲਾ ਸੀ ਬਾਦਲ ਸਾਹਿਬ ਪੂਰੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਰੂਬਰੂ ਸੀ ਜੀ ਅਤੇ ਉਸੇ ਹੀ ਬਠਿੰਡੇ ਦੇ ਵਿੱਚ 7 ਤਰੀਕ ਨੂੰ ਬਠਿੰਡੇ ਅਤੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੀ ਨੇ ਜਦੋਂ ਬੀਬਾ ਹਰਸਿਮਰਤ ਬਾਦਲ ਬਠਿੰਡੇ ਦੇ ਵਿੱਚ ਗੈਰ ਹਾਜ਼ਰ ਸੀ ਅਤੇ ਬਠਿੰਡੇ ਤੋਂ ਕਦੇ ਐਮ ਪੀ ਰਹੇ ਬੀਬੀ ਪਰਮਜੀਤ ਕੌਰ ਗੁਲਸ਼ਨ ਹਾਂ 7 ਤਰੀਕ ਨੂੰ ਢੀਂਡਸਾ ਦੇ ਨਾਲ ਫਾਈਨਲ
ਇਹ ਗੱਲ ਸਾਡੇ ਕੋਲ ਨਿਕਲ ਕੇ ਸਾਹਮਣੇ ਆ ਗਈ। ਸੋ ਬਠਿੰਡੇ ਦੇ ਵਿੱਚ ਅਤੇ ਬਠਿੰਡੇ ਦੇ ਆਸ ਪਾਸ ਸੁਖਦੇਵ ਸਿੰਘ ਢੀਂਡਸਾ ਵੱਖ ਵੱਖ ਲੋਕਾਂ ਕੋਲ ਜਾ ਰਹੇ ਆ, ਜਿਹੜਾ ਉਹਨਾਂ ਨੇ ਅਧਿਕਾਰਤ ਬਿਆਨ ਦੇ ਕੇ ਕਿਹਾ। ਹਾਲਾਂਕਿ ਅਸੀਂ ਉਸ ਤੋਂ ਪਹਿਲਾਂ ਸ਼ਨੀਵਾਰ ਵਾਲੇ ਦਿਨ ਇਹ ਕਹਿ ਚੁੱਕੇ ਹਾਂ ਕਿ ਬੀਬੀ ਗੁਲਸ਼ਨ ਜਿਹੜੇ ਆ ਉਹ ਅਕਾਲੀ ਦਲੋਂ ਅਲਵਿਦਾ ਕਹਿ ਸਕਦੇ। ਹੁਣ ਦੋਸਤੋ ਸਵਾਲ ਇਹ ਆ ਕਿ ਆਖਿਰ ਅਸੀਂ ਕਦੋਂ ਜਿਹੜੇ ਪਾਰਟੀ ਦੇ ਸਿਧਾਂਤਕ ਸਟੈਂਡ ਸੀ ਉਹਨਾਂ ਨੂੰ ਛੱਡ ਕੇ ਪਾਸੇ ਗਏ ਅਤੇ ਹੁਣ ਸਾਨੂੰ ਮੁੜ ਕੇ ਪੁੱਠੇ ਪੈਰੀ ਉਹਨਾਂ ਨੂੰ ਫੜਨਾ ਕਿਉਂ ਪੈ ਰਿਹਾ? ਹਾਂ, ਜਦੋਂ ਦੇਸ਼ ਦੇ ਸਮੁੱਚੇ ਦ੍ਰਿਸ਼ ਨੂੰ ਦੇਖਦੇ ਹਾਂ ਤਾਂ ਅਕਾਲੀ ਦਲ ਅਕਸਰ ਮਜ਼ਲੂਮਾਂ ਦੇ ਹੱਕ 'ਚ ਖੜਦਾ ਸੀ, ਸਹੀ ਗੱਲ, ਔਰ ਆਵਾਜ਼ ਬੁਲੰਦ ਕਰਦਾ ਸੀ, ਕਿਸੇ ਵੀ ਖੇਤਰ 'ਚ ਧੱਕਾ ਤੋੜਾ ਹੁੰਦਾ ਸੀ ਉਹਦੇ ਖਿਲਾਫ਼। ਸੋ ਕੇਂਦਰ ਨਾਲ ਸਦਾ ਪੰਗੇ ਦੇ ਵਿੱਚ ਅਕਾਲੀ ਦਲ ਛੱਤੀ ਦਾ ਅੰਕੜਾ ਰਿਹਾ ਹਮੇਸ਼ਾ, ਸਿਰਫ ਇਸ ਕਰਕੇ ਕਿ ਅਸੀਂ ਜਿਸ ਰਵਾਇਤ ਤੋਂ ਆਉਂਦੇ ਹਾਂ, ਪਰੰਪਰਾ ਤੋਂ ਆਉਂਦੇ ਹਾਂ, ਉਹਦੇ ਵਿੱਚ ਸੰਘਰਸ਼ ਸਿਖਾਇਆ ਗਿਆ, ਉਹਦੇ ਵਿੱਚ ਇਹ ਸਿਖਾਇਆ ਗਿਆ ਕਿ ਹੱਕਾਂ ਲਈ ਲੜਨਾ ਕਿਵੇਂ। ਅਤੇ ਅੱਜ ਜਦੋਂ ਸਮਰਪਣ ਦੀ ਰਾਜਨੀਤੀ ਫਿਰ ਦਹਾਕਿਆਂ ਤੱਕ ਫੈਲੀ ਹੋਈ ਹੈ, ਪਿਛਲੇ ਲਗਭਗ ਡੇਢ ਦਹਾਕੇ ਤੋਂ ਸਤਾਨਵੇਂ ਤੋਂ ਜਿਹੜੀ ਰਾਜਨੀਤੀ ਸਮਰਪਣ ਦੀ ਰਾਜਨੀਤੀ ਹੈ, ਉਹਨੂੰ ਹੁਣ ਗੇਅਰ ਬਦਲਿਆ ਜਾ ਰਿਹਾ। ਹਾਂ, ਸਟੇਅਰਿੰਗ ਫਿਰ 8 ਸਾਲ ਪਹਿਲਾਂ 97 ਤੋਂ ਜਦੋਂ ਸ਼ੁਰੂ ਹੁੰਦੇ ਜੀ 8 ਸਾਲ ਦੀ ਉਹ ਸਿਆਸਤ 96 ਤੋਂ ਜੀ 96 ਤੋਂ ਲੈ ਕੇ 2004 ਤੱਕ 8 ਸਾਲ ਦੀ ਉਹ ਸਿਆਸਤ ਹੈ ਜੀ। 2014 ਤੋਂ ਲੈ ਕੇ ਅਤੇ ਆ ਹੁਣ 5-6 ਸਾਲ ਦੀ ਸਿਆਸਤ ਹੋਣਾ ਜੀ, ਇਹ ਵੀ ਦਿੱਲੀ ਦੇ ਵਿੱਚ ਹੈ। ਔਰ ਅੱਜ ਮੈਨੂੰ ਪਤਾ ਨਹੀਂ ਕਿਉਂ ਵਾਰ ਵਾਰ ਇਹ ਚੀਜ਼ ਚੁੱਭੀ ਜੀ ਕਿ ਅਚਨਚੇਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਮਨ ਸ਼ਾਂਤੀ ਆਪਸੀ ਭਾਈਚਾਰਾ ਕਿੱਥੋਂ ਯਾਦ ਆ ਗਿਆ? ਲੋੜ ਹੈ, ਪੈਂਤੜੇ ਦੀ ਲੋੜ ਹੈ। ਰੰਧਾਵਾ ਸਾਹਿਬ, ਸਵਾਲ ਇਹ ਪੁੱਛਣਾ ਬਣਦਾ ਕਿ ਇਸ ਖਿੱਤੇ ਦੇ ਲੋਕਾਂ ਨੂੰ ਇਲਾਕਾਵਾਦ 'ਚ ਵੰਡਿਆ ਕਿਨ? ਅਸੀਂ ਸਿਆਸੀ ਪਾਰਟੀਆਂ ਨੇ, ਬਿਲਕੁਲ। ਜਾਤਾਂ 'ਚ ਕਿਨ ਵੰਡਿਆ? ਸਿਆਸੀ ਲੋਕਾਂ ਨੇ। ਅਸੀਂ ਅੱਜ ਆਪਣੀ ਪਾਰਟੀ ਜਿਹੜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਆ, ਸਵਾਲ ਪੁੱਛਣਾ ਬਣਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਜੇ ਇਹ ਵਾਕਿਆ ਹੀ ਅਕਾਲੀ ਦਲ ਹੈ ਅਤੇ ਅਕਾਲੀ ਦਲ ਦਾ ਇੱਕ ਨਿਯਮ ਹੈ ਜੀ ਕਿ ਜਦੋਂ ਕੋਈ ਅੰਮ੍ਰਿਤਧਾਰੀ ਹੋ ਜਾਂਦਾ, ਉਹਦੀ ਜਾਤ, ਉਹਦੀ ਪਾਤ, ਉਹਦਾ ਪਿਛਲਾ ਕਰਮ, ਪਿਛਲਾ ਜਨਮ ਖਤਮ ਹੋ ਜਾਂਦਾ, ਫਿਰ ਅਸੀਂ ਆਪਣੇ SC ਵਿੰਗ, BC ਵਿੰਗ ਔਰ ਕਿੰਨੇ ਕੁ ਵਿੰਗ ਬਣਾ ਦਿੱਤੇ ਨੇ ਤੁਸੀਂ? ਔਜੜੇ ਰਾਹੀਂ ਪੈ ਗਏ ਸਰਦਾਰ ਜੀ। ਅਗਲਿਆਂ ਕਦੇ ਦਾਅਵਾ ਕੀਤਾ ਜੀ ਕਿ ਅਸੀਂ ਗੁਰੂ ਦੇ ਅਨੁਸਾਰ ਚੱਲਦੇ ਹਾਂ? ਉਹ ਕਹਿੰਦੇ ਸਾਨੂੰ ਤਾਂ ਗੁਰਬਾਣੀ ਨਹੀਂ ਆਉਂਦੀ। ਉਹ ਤਾਂ ਸਾਫ਼ ਲਿਖਦੇ ਆ ਕਿ ਦੇਖੋ, ਇੱਕ ਕਾਮਨ ਜੀ ਗੱਲ ਆ, ਮੈਨੂੰ ਪਤਾ ਕਿ ਛੋਟੇ ਹੁੰਦਿਆਂ ਪਾਠ ਕਰਦੇ ਸੀ, ਬਿਲਕੁਲ ਠੀਕ ਹੈ, ਉਹ ਰੂਟੀਨ ਦੇ ਪਾਠ ਕਰਨ ਨਾਲ ਪਾਠ ਕੰਠ ਹੋ ਗਿਆ ਜੀ। ਮੈਨੂੰ ਪਤਾ ਹੈ ਕਿ ਬੜੀ ਵਾਰੀ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਜ਼ੁਬਾਨੀ ਕਰਦੇ ਹੁੰਦੇ ਜੀ, ਜਪਜੀ ਸਾਹਿਬ ਦਾ ਬਹੁਤ ਸਾਰਾ ਪਾਠ ਕੰਠ ਹੋ ਗਿਆ ਜੀ, ਕਿਉਂਕਿ ਇੱਕ ਨੇਮ ਸੀ। ਜੇਕਰ ਇਹ ਲੋਕ ਅੰਮ੍ਰਿਤਧਾਰੀ ਨੇ, ਕਿਉਂਕਿ ਜਿਹੜਾ ਦਲ ਦਾ ਪ੍ਰਧਾਨ ਆ, ਬਿਲਕੁਲ ਨਿਜਮਤ, ਉਹ ਅੰਮ੍ਰਿਤਧਾਰੀ, ਤੇ ਜੇ ਉਹ ਨਿਜਮਤ ਨੇਮ ਨਾਲ ਪਾਠ ਕਰ ਰਿਹਾ, ਇਹਦਾ ਮਤਲਬ ਹੈ ਕਿ ਗੁਰਬਾਣੀ ਤਾਂ ਕਾਫੀ ਕੰਠ ਹੋ ਰਹੀ, ਬਿਲਕੁਲ। ਸੋ ਜੇਕਰ ਤੁਸੀਂ ਇਹ ਦੇਖੋ ਕਿ ਉਹ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਦੀ ਗੱਲ ਕਰ ਹੀ ਨਹੀਂ ਰਹੇ, ਉਹ ਤਾਂ ਸਦਾ ਇਹ ਕਹਿ ਰਿਹਾ ਕਿ ਦੇਖੋ ਸਾਨੂੰ ਤਾਂ ਗੁਰਬਾਣੀ ਨਹੀਂ ਆਉਂਦੀ ਜੀ। ਸਵਾਲ ਤਾਂ ਇਹ ਹੈ ਕਿ ਇੰਨੀ ਫੁਰਸਤ ਜੇ ਆਪਣੇ ਇਸ਼ਟ ਪ੍ਰਤੀ ਵੀ ਨਹੀਂ ਕੱਢੀ, ਹਾਂ, ਤੇ ਫਿਰ ਜਿਸ ਮਕਸਦ ਲਈ ਸੱਤਾ ਲੈ ਰਹੇ ਹਾਂ ਆਪਣੇ ਲੋਕਾਂ ਦੀ ਸੇਵਾ, ਕਿਉਂਕਿ ਇਹਨਾਂ ਨੇ ਦਾਅਵਾ ਕੀਤਾ ਅਸੀਂ ਸੇਵਾ ਕੀਤੀ। ਬਾਦਲ ਸਾਹਿਬ ਨੇ ਕੱਲ ਵੀ ਕਿਹਾ, ਰਾਜ ਨਹੀਂ ਕਿਹਾ ਉਹਨਾਂ, ਸੇਵਾ ਹੀ ਕਹੀ, ਬਿਲਕੁਲ ਠੀਕ, ਵਾਕਿਆ ਕੀਤੀ ਵੀ ਉਹਨਾਂ ਨੇ ਲੋਕਾਂ ਦੀ ਸੇਵਾ ਹੀ ਆ, ਉਹ ਵੱਖਰੀ ਗੱਲ ਆ ਕਿ ਕਿਸ ਢੰਗ ਨਾਲ ਕੀਤੀ ਆ। ਤੁਹਾਡਾ ਕੀ ਮਤਲਬ ਆ? ਦੇਖੋ ਗੱਲ ਪਤਾ ਕੀ ਹੈ, ਬੜਾ ਸਾਫ਼ ਹੈ, ਜਿੰਨੀਆਂ ਗੱਲਾਂ ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਕੀਤੀਆਂ ਜੀ, 1940 ਦਾ ਜਿਹੜਾ ਰਾਵੀ ਦੇ ਕੰਢੇ, ਲਾਹੌਰ ਰਾਵੀ ਦੇ ਕੰਢੇ ਜਿਹੜਾ ਕਾਂਗਰਸ ਦਾ ਸੈਸ਼ਨ ਹੁੰਦਾ, ਉੱਥੇ ਕੀਤੇ ਹੋਏ ਵਾਅਦਿਆਂ ਨੂੰ ਲੈ ਕੇ ਉਹ ਗਾਂ ਤੁਰਦੇ ਨੇ, ਪੇਪਰ 'ਤੇ ਚੀਜ਼ਾਂ ਲਿਖੀਆਂ ਹੋਈਆਂ, ਬਕਾਇਦਾ ਲਿਖਿਆ ਹੋਇਆ। ਮਾਸਟਰ ਤਾਰਾ ਸਿੰਘ ਨੇ ਕੀ ਕਿਹਾ? ਹਾਂ, ਉਹ ਵੀ ਹਾਈਲਾਈਟ ਕੀਤਾ ਸੀ ਉਹ ਯੈਲੋ ਪੈਨ ਨਾਲ। ਸਵਾਲ ਤਾਂ ਇਹ ਆ ਕਿ ਤੁਹਾਨੂੰ ਸਾਰਿਆਂ ਦਾ ਕਿਆ ਯਾਦ ਹੈ, ਲੇਕਿਨ ਇੱਕ ਸਵਾਲ ਜ਼ਰੂਰ ਹੈ, ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਦਾ ਸਮਾਂ ਸੀ ਉਹ ਕਾਂਗਰਸ ਦੀ ਦੇਣ ਸੀ, ਉਸ ਤੋਂ ਪਹਿਲਾਂ ਕੋਈ ਅਜਿਹਾ ਨਹੀਂ ਸੀ। ਉਹਨਾਂ ਦੇ ਇੱਕ ਸਲਾਹਕਾਰ ਜਿਹੜੇ ਉਹਨਾਂ ਦੇ ਨਾਲ ਸੀ ਜੀ, ਉਹਨਾਂ ਦੀ ਫੇਸਬੁੱਕ 'ਤੇ ਥੋੜ੍ਹੀ ਦੇਰ ਪਹਿਲਾਂ ਹਾਂ ਹੋਰ ਦੇਖਿਆ ਸੀ, ਬਿਲਕੁਲ,
ਕਿ ਕਾਂਗਰਸ ਬਾਦਲ ਸਾਹਿਬ ਤੇ ਕਾਂਗਰਸ ਨੂੰ ਕਹੀ ਜਾਂਦੇ ਆ ਜੀ, ਉਹ ਤਾਂ ਇਹਨਾਂ ਆਪਣਿਆਂ ਨੂੰ ਕਹੀ ਜਾਂਦੇ ਵੀ ਅੱਗ ਲਾਤੀ। ਹਾਂ, ਉਹਨਾਂ ਦੇ ਜਿਹੜੇ ਸਲਾਹਕਾਰ ਨੇ ਪੜ੍ਹੇ ਲਿਖੇ ਸਲਾਹਕਾਰ ਨੇ, ਚਲੋ ਅਸੀਂ ਨਾਂ ਨਹੀਂ ਲੈਂਦੇ, ਛੱਡ ਦਿੰਦੇ ਹਾਂ, ਅਸੀਂ ਨਾਂ ਨਹੀਂ ਲੈਂਦੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੀ, ਕਿ ਇੱਕ ਵਿਦਵਾਨ ਹੋਵੇ ਔਰ ਇਹੋ ਜਿਹੀ ਸ਼ਬਦਾਵਲੀ ਨਹੀਂ ਇਹਦਾ ਵਰਤ ਜਾਵੇ। ਨਹੀਂ ਨਹੀਂ, ਇਹਦਾ ਮਤਲਬ ਪਤਾ ਕੀ ਹੈ, ਠੀਕ ਟਰੈਕ 'ਤੇ ਨੇ ਉਹ। ਹਾਂ, ਇਹਦਾ ਮਤਲਬ ਹੈ ਕਿ ਹੁਣ ਅਸੀਂ ਆਪਣਾ ਟਰੈਕ ਬਦਲ ਚੁੱਕੇ ਹਾਂ ਜੀ, ਹੁਣ ਸਿਆਸਤ ਨਵੇਂ ਦੌਰ 'ਚ ਦਾਖਲ ਹੋ ਗਈ। ਵੈਸੇ ਹੁਣ ਸਾਂਝਾਂ ਜਿਹੜੀਆਂ ਨੇ ਜੀ, ਇਹ ਸਾਂਝਾਂ ਜਿਹੜੀਆਂ ਇਹਨਾਂ ਦਾ ਮਰਸੀਆ ਪੜਿਆ ਜਾਣ ਵਾਲਾ। ਸਾਂਝਾਂ ਸੱਤਾ ਦੇ ਨਾਲ ਸਨ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਰਿਕਾਰਡ ਹੈ, ਜਦ ਵੀ ਉਹ ਸੱਤਾ ਤੋਂ ਬਾਹਰ ਆਏ ਉਹਨਾਂ ਨੂੰ ਪੰਥ ਯਾਦ ਆਇਆ ਜੀ, ਉਹਨਾਂ ਨੂੰ ਸਿਧਾਂਤ ਯਾਦ ਆਏ, ਉਹਨਾਂ ਨੂੰ ਦੇਸ਼ ਦਾ ਸੰਵਿਧਾਨ ਯਾਦ ਆਇਆ। ਅੱਜ ਉਹਨਾਂ ਨੇ ਜਿਹੜੀ ਕੱਲ੍ਹ ਗੱਲ ਕਹੀ ਹੈ ਕਿ ਜਿਹੜਾ ਸੰਵਿਧਾਨ ਦੀ ਧਾਰਾ 25-20 ਸਾੜਨ ਦਾ ਫੈਸਲਾ ਸੀ, ਉਹ ਫੈਸਲਾ ਪਾਰਟੀ ਹਾਈਕਮਾਨ ਦਾ ਸੀ, ਭਾਵੇਂ ਮੈਂ ਉਹਦੇ ਨਾਲ ਸਹਿਮਤ ਨਹੀਂ ਸੀ। ਇਹ ਵੀ ਨਾਲ ਇਹ ਵੀ ਕਿਹਾ ਕਿ ਬਾਕੀ ਸਾਰੇ ਰਾਹ 'ਚ ਹੀ ਰਹਿ ਗਏ ਅਤੇ ਮੈਂ ਭੇਸ ਬਦਲ ਕੇ ਪਹੁੰਚਿਆ, ਮੈਂ ਭੇਸ ਬਦਲ ਕੇ ਟਰੱਕ ਡਰਾਈਵਰ ਬਣ ਕੇ ਗਿਆ ਜੀ। ਔਰ ਜਿੱਥੋਂ ਤੱਕ ਮੇਰੀ ਜਾਣਕਾਰੀ 'ਚ ਹੈ ਕਿ ਇਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਆ ਉਹਦੀ ਪਿਛਲੇ ਜਿਹੜਾ ਪਿੱਛੇ ਕਾਰਸੇ ਵਾਲਿਆਂ ਨੇ ਬਾਬਿਆਂ ਦਾ ਗੇਟ ਆ ਉੱਧਰ ਦੀ ਲੰਘ ਕੇ ਇਹਨਾਂ ਨੇ ਉਸ ਪਾੜਿਆ। ਔਰ ਕਾਫੀ ਸਮਾਂ ਇਹਨਾਂ ਦਾ ਬਿਆਨ ਆਉਂਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ ਕਿ ਮੈਂ ਤਾਂ ਫੋਟੋ ਕਾਪੀ ਪਾੜੀ ਸੀ। ਅੱਛਾ, ਇਹ ਵੀ ਬਿਆਨ ਜਿਹੜਾ ਰਿਕਾਰਡ 'ਚ ਹੈ ਪ੍ਰਕਾਸ਼ ਸਿੰਘ ਬਾਦਲ ਵਾਲਾ। ਅਸੀਂ ਨਾ ਸਰਦਾਰ ਸਾਹਿਬ ਗੱਲ ਪਤਾ ਕੀ ਹੈ ਜੀ, ਸਵਾਲ ਬੜੇ ਛੋਟੇ ਛੋਟੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਸੱਤਾ ਲਈ ਜੀ, ਸੱਤਾ ਪ੍ਰਾਪਤ ਵੀ ਕੀਤੀ ਜੀ, ਇਹਨਾਂ ਤੋਂ ਪਹਿਲਾਂ ਕੋਈ ਵੱਡਾ ਅਕਾਲੀ ਐਡੀ ਵੱਡੀ ਸੱਤਾ ਪ੍ਰਾਪਤ ਨਹੀਂ ਕਰ ਸਕਿਆ ਇੰਨੇ ਲੰਬੇ ਸਮੇਂ ਜੀ। ਸੋ ਉਹ ਇੱਕ ਪ੍ਰੌੜ ਸਿਆਸਤਦਾਨ ਨੇ, ਮੰਜੇ ਹੋਏ ਖਿਡਾਰੀ ਨੇ ਸਿਆਸਤ ਦੇ ਖਿਡਾਰੀ। ਉਮਰ ਸੀਗੀ ਕਿ ਬਾਹਰ ਬੈਠ ਕੇ ਦਾਅ ਦੱਸਦੇ ਨਹੀਂ, ਲੇਕਿਨ ਜਿਹਨਾਂ ਨੂੰ ਦਾਅ ਦੱਸ ਕੇ ਲਿਆਂਦਾ ਉਹ ਹੁਣ ਆਪਣੇ ਦਾਅ ਇਹਨਾਂ ਦੇ ਖੇਡਣ ਲੱਗ ਪਏ। ਬੇਸਿਕਲੀ ਕੀ ਹੈ ਕਿ ਉਹਨਾਂ ਨੂੰ ਬਾਲ ਕੋਲ ਰੱਖਣ ਦੀ ਆਦਤ ਹੈ। ਹਾਂ, ਉਹਨਾਂ ਨੂੰ ਪਤਾ ਹੈ ਕਿ ਜੇ ਗੋਲ ਕਰਨਾ ਤਾਂ ਮੈਂ ਹੀ ਕਰਨਾ। ਭਰੋਸਾ ਕਿਸ ਵੇਲੇ ਘੱਟ ਹੁੰਦਾ ਦੂਜੇ ਖਿਡਾਰੀਆਂ ਤੇ। ਕਦੇ ਕਦੇ ਪ੍ਰਗਟ ਸਿੰਘ ਹਾਕੀ ਦੇ ਵਿੱਚ ਪਿੱਛੋਂ ਜਾ ਕੇ ਨਾ ਉਹ ਬੈਕ ਤੇ ਖੇਡਿਆ ਕਰਦੇ ਸੀ ਤੇ ਪਿੱਛੋਂ ਨਾ ਉਹ ਸਾਰਿਆਂ ਨੂੰ ਡੌਜ ਦੇ ਕੇ ਤੇ ਅੱਗੇ ਗੋਲ ਕਰ ਆਉਂਦੇ ਹੁੰਦੇ ਸੀ। ਅਮੂਮਨ ਹੀ ਵੇਖਣ 'ਚ ਮਿਲਦਾ ਹੁੰਦਾ ਸੀ ਕਿ ਉਹ ਚੱਲਦੇ ਮੈਚ ਵਿੱਚ, ਓਲੰਪਿਕ ਹੋਵੇ, ਇੰਟਰਨੈਸ਼ਨਲ ਮੈਚ ਹੋਣ, ਹੈ ਨਾ, ਜਿਹੜੀ ਉਹਨਾਂ ਦੀ ਕਲਾਕਾਰੀ ਸੀ, ਉਹ ਹੀ ਉਹਨਾਂ ਦੀ ਪ੍ਰਾਪਤੀ ਸੀ, ਔਰ ਪਿੱਛੋਂ ਜਾਂਦੇ ਸੀ ਹਾਂ ਤੇ ਫਾਰਵਰਡ ਵਜੋਂ ਖੇਡ ਕੇ ਗੋਲ ਕਰਾਉਂਦੇ, ਬਿਲਕੁਲ, ਫਿਰ ਬੈਕ 'ਤੇ ਆ ਜਾਂਦੇ ਜੀ। ਬਾਦਲ ਸਾਹਿਬ ਨੂੰ ਵੀ ਇੰਝ ਹੀ ਲੱਗਦਾ ਹੈ ਕਿ ਆਪਣੀ ਜਿਹੜੀ ਹਾਕੀ ਆ ਉਹਦੇ ਵਿੱਚ ਬਾਲ ਰੱਖੋ ਜੀ, ਅਤੇ ਫਿਰ ਖੇਡਣਾ ਕਿਵੇਂ ਉਹਨਾਂ ਨੂੰ ਆਉਂਦਾ। ਅੱਛਾ, ਹੁਣ ਖੇਡਣ ਲਈ ਉਹਨਾਂ ਨੂੰ ਜਿਹੜੇ ਪੁਰਾਣੇ ਮੋਹਰੇ ਕਾਂਗਰਸ 'ਤੇ ਚੱਲਦੇ ਨਜ਼ਰ ਨਹੀਂ ਆਉਂਦੇ ਜੀ, ਉਹਨਾਂ ਨੂੰ ਇਸ ਗੱਲ ਦਾ ਪੱਕਾ ਇਲਮ ਆ ਕਿ ਜਿਹੜੇ ਭਾਈਵਾਲ ਨੇ ਬੀਜੇਪੀ ਵਾਲੇ 22 ਦੇ ਵਿੱਚ ਘੱਟੋ ਘੱਟ 50 ਸੀਟਾਂ ਮੰਗਣਗੇ ਹਾਂ, ਅਤੇ 35-40 ਤੋਂ ਥੱਲੇ ਨਹੀਂ ਮੰਨਣਗੇ। ਬਿਲਕੁਲ, ਉਹ ਹੁਣੇ ਹੀ ਇਸ ਤਰ੍ਹਾਂ ਦੇ ਹਮਲੇ ਕਰ ਰਹੇ ਆ ਕਿ ਅਗਲੇ 23 'ਤੇ ਸਿਮਟੇ ਰਹਿਣ, ਹਾਂ ਅਗਲੇ 23 'ਤੇ ਰਹਿਣ, ਉਹ ਘੱਟ ਗਈ ਤੇ ਨਹੀਂ ਰਹਿਣ ਜੀ। ਉਹਦਾ ਕਾਰਨ ਹੈ ਕਿ ਜਿਹੜਾ ਆਪ ਨੂੰ ਖੋਰਾ ਲੱਗ ਰਿਹਾ ਉਹ ਖੋਰਾ ਰੁਕੇ। ਹਾਂ, ਹੁਣ ਲੋਕ ਜਦੋਂ ਖੋਰਾ ਤੇ ਲੱਗ ਰਿਹਾ ਆਪਣੇ, ਪਰ ਸਰਦਾਰ ਜੀ ਤੁਸੀਂ ਇੱਕ ਚੀਜ਼ ਨੋਟ ਕਰੋ ਜੀ ਕਿ ਦੌਰ ਉਹਨਾਂ ਨੇ ਬਹੁਤ ਦੇਖੇ ਹੋਣਗੇ, ਉਹਨਾਂ ਨੇ ਸਿਆਸਤ ਖੜਕੂਵਾਦ ਦਾ ਸਮਾਂ ਉਹ ਆਪ ਹੀ ਕਹਿੰਦੇ ਬੜਾ ਮਾੜਾ ਜੀ। ਦੇਖੋ ਉਹ ਦੌਰ ਵੀ ਸੀਗੇ ਜਦੋਂ ਇੱਕ ਵਾਰੀ ਅਕਾਲੀ ਸਿਆਸਤ ਬਿਲਕੁਲ ਜ਼ਮੀਨ 'ਤੇ ਆ ਗਈ। ਬਿਲਕੁਲ ਸਹੀ ਗੱਲ, ਬਿਲਕੁਲ ਸਾਹਿਬ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਜਿਹੜੇ ਹੋਏ ਨੇ ਜੀ, ਉਹਨਾਂ ਨੇ ਸੱਤਾ 'ਚ ਬਹਿੰਦਿਆਂ ਹੀ ਕਹਿਤਾ ਸੀ ਕਿ ਮੈਂ ਆਪਣੇ ਰਾਜ ਦੇ ਦੌਰਾਨ ਕਿਸੇ ਅਕਾਲੀ ਨੂੰ ਫੁੱਟਪਾਥ ਤੋਂ ਥੱਲੇ ਨਹੀਂ ਉਤਰਨ ਦੇਵਾਂਗਾ। ਮੈਂ ਕਿਹਾ ਉਹ ਵੀ ਠੀਕ ਹੈ, ਲੇਕਿਨ ਉਸ ਤੋਂ ਪਹਿਲਾਂ ਬੇਅੰਤ ਸਿੰਘ ਤੋਂ ਪਹਿਲਾਂ ਵੀ ਅਕਾਲੀ ਲੀਓ ਲੈ ਗਏ ਜਦੋਂ ਖਾੜਕੂਵਾਦ ਸੀ। ਬਿਲਕੁਲ ਸਹੀ ਗੱਲ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਇਹੀ ਪੈਂਤੜੇ ਖੇਡ ਕੇ ਇੱਕ ਵਾਰੀ ਅਕਾਲੀ ਦਲ ਨੂੰ ਫਿਰ ਸੱਤਾ 'ਚ ਲਿਆਂਦਾ। ਬਿਲਕੁਲ ਸਹੀ ਗੱਲ, ਲੇਕਿਨ ਇਸ ਵਾਰੀ ਹਾਲਾਤ ਬਿਲਕੁਲ ਵੱਖਰੇ ਨੇ। ਹਾਂ, ਇਸ ਵਾਰੀ ਹਾਲਾਤ ਪੁਰਾਣੇ ਵਰਗੇ ਨਹੀਂ, ਇਤਿਹਾਸ ਮੁੜ ਨਹੀਂ ਦੁਹਰਾਇਆ ਜਾ ਸਕਦਾ। ਇਸ ਵਾਰੀ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਦੀ ਭਾਸ਼ਾ ਨਾਲ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਆ, ਅਜੇ ਲੋਕ ਮਨਾਂ ਨੂੰ ਸਵੀਕਾਰ ਨਹੀਂ, ਕਿਉਂਕਿ ਅੱਜ ਕੱਲ੍ਹ ਤੇਜ਼ ਤਰਾਰੀ ਦਾ ਜ਼ਮਾਨਾ ਹੈ। ਉਦੋਂ ਤੇ ਅਖ਼ਬਾਰ ਆਉਂਦੀ ਹੁੰਦੀ ਸੀ ਇੱਕ, ਉਹ ਵੀ ਸਹੀ ਗੱਲ, ਪਿੰਡਾਂ 'ਚ ਤੇ 12-1 ਵਜੇ ਪਹੁੰਚਦੀ ਸੀ ਤੇ ਉਹ ਅਖ਼ਬਾਰਾਂ ਮੈਨੇਜ ਹੋ ਜਾਣ ਤੇ ਸਭ ਲੋਕ ਰਾਏ ਮੈਨੇਜ ਹੋ ਜਾਂਦੀ ਸੀ। ਅੱਜ ਦੇ ਦਿਨ ਦੇ ਵਿੱਚ ਲੋਕ ਰਾਏ ਨੂੰ ਮੈਨੇਜ ਕਰਨਾ ਔਖਾ, ਅੱਜ ਲੋਕ ਲੋੜਾਂ ਨਾਲ ਜੁੜੇ ਆ। ਅਕਾਲੀ ਦਲ ਇਹ ਤੇ ਸੋਚ ਸਕਦਾ ਕਿ ਸਾਡੇ ਵਰਕਰਾਂ ਦੀਆਂ ਸੱਤਾ ਦੀਆਂ ਲੋੜਾਂ ਕਰਕੇ ਅਸੀਂ ਦੁਬਾਰਾ ਆ ਸਕਦੇ ਹਾਂ, ਲੇਕਿਨ ਜੇਕਰ ਤੁਸੀਂ ਇਹ ਕਹੋ ਕਿ ਜਜ਼ਬਾਤੀ ਭਾਸ਼ਣ, ਜਜ਼ਬਾਤੀ ਪੈਂਤੜੇ ਦੁਬਾਰਾ ਲੈ ਆਉਣਗੇ,
क्योंकि तुहाडा अतीत तुहाडा वर्तमान तुहाडे भविख लई बड़ा क्लीयर मैसेज दिंदा है कि सालां दे जिहड़े लगभग 25 सालां दी इह प्रक्रिया 25 सालां दे विच तुसीं अपने कीते ते खलोते नहीं ਤੁਸੀਂ ਕਿਹਾ ਕਿ ਅਸੀਂ ਅਲੰਬਰਦਾਰ ਹੈ ਸਿੱਖਾਂ ਦੇ ਲੇਕਿਨ ਘਟਨਾਵਾਂ ਇਹ ਦਰਸਾਉਂਦੀਆਂ ਕਿ ਜਦੋਂ ਤੁਹਾਨੂੰ ਨੀਤੀਗਤ ਫੈਸਲੇ ਦ੍ਰਿੜਤਾ ਨਾਲ ਲੈਣ ਦੀ ਲੋੜ ਸੀ ਉਦੋਂ ਤੁਸੀਂ ਪਿੱਛੇ ਹਟ ਗਏ ਬਿਲਕੁਲ ਨਿਰੰਕਾਰੀਆਂ ਦੇ ਮਾਮਲੇ 'ਚ ਸਾਨੂੰ ਇੰਨਾ ਦੁਖਾਂਤ ਨਾ ਵੇਖਣਾ ਪੈਂਦਾ ਜਿਸ ਦਾ ਪ੍ਰਕਾਸ਼ ਸਿੰਘ ਬਾਦਲ ਸਮਾਂ ਰਹਿੰਦਿਆਂ ਉਹ ਸਮਾਗਮ ਰੁਕਵਾਉਂਦੇ ਸਹੀ ਗੱਲ ਉਸ ਤੋਂ ਅੱਗੇ ਆ ਜਾਂਦੇ ਹਾਂ 84 ਦੇ ਮੌਕੇ 'ਤੇ ਜੇਕਰ ਕਾਂਗਰਸ ਇੱਕ ਸਕਿੰਟ ਇੱਕ ਰੁਕ ਜਾਓ 1982 ਦੇ ਵਿੱਚ ਜੀ ਪ੍ਰਕਾਸ਼ ਸਿੰਘ ਬਾਦਲ ਸੱਤਾ ਤੋਂ ਬਾਹਰ ਨੇ ਜੀ ਉਦੋਂ ਇਹਨਾਂ ਨੂੰ ਪਾਣੀ ਦਾ ਮੁੱਦਾ ਯਾਦ ਆਉਂਦਾ ਬਿਲਕੁਲ ਜਦੋਂ ਇੰਦਰਾ ਗਾਂਧੀ ਜਿਹੜੀ ਹੈ ਕਪੂਰੀ ਦੇ ਜਗ੍ਹਾ 'ਤੇ ਜਾ ਕੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਉਂਦੀ ਹੈ ਜੀ ਉਹ ਮੋਰਚਾ ਲਾਉਂਦੇ ਨੇ ਜੀ ਲੇਕਿਨ ਉਹ ਮੋਰਚੇ ਦੇ ਵਿੱਚ ਲੋਕ ਇਹਨਾਂ ਦਾ ਸਾਥ ਨਹੀਂ ਦਿੰਦੇ ਜੀ ਸੂਬੇ ਦੇ ਲੋਕ ਜੀ ਉਹਦੇ ਤੋਂ ਬਾਅਦ ਜਿਹੜਾ 1982 ਦਾ ਧਰਮ ਯੁੱਧ ਮੋਰਚਾ ਆ ਜੀ ਉਹਨੂੰ ਸ਼ੁਰੂ ਕਰਨ ਵਾਲਾ ਅਕਾਲੀ ਦਲ ਨਹੀਂ ਜੀ ਉਹਨੂੰ ਸ਼ੁਰੂ ਕਰਨ ਵਾਲਾ ਦਮਦਮੀ ਟਕਸਾਲ ਦੇ ਮੁਖੀ ਸੰਜੇ ਜਰਨੈਲ ਸਿੰਘ ਖਾਲਸਾ ਨੇ ਅੱਛਾ ਅਕਾਲੀ ਦਲ ਉਸ ਮੋਰਚੇ ਦੀ ਸਫਲਤਾ ਨੂੰ ਦੇਖ ਕੇ ਉਹਨੂੰ ਅਪਣਾਉਂਦਾ ਆ ਜੀ ਲੇਕਿਨ ਵਿੱਚੋਂ ਇੱਕ ਕਣੀ ਰੱਖ ਲੈਂਦਾ ਜੀ ਕਿ ਸਾਡਾ ਡਿਕਟੇਟਰ ਸਾਡਾ ਹੋਏਗਾ ਜੀ ਪਾਰਟੀ ਪ੍ਰਧਾਨ ਜਿਹੜੇ ਹਰਚੰਦ ਸਿੰਘ ਲੌਂਗੋਵਾਲ ਨੇ ਉਹ ਉਸ ਮੋਰਚੇ ਦੇ ਡਿਕਟੇਟਰ ਬਣਦੇ ਨੇ ਜੀ ਜਿਹੜਾ ਸੰਜ ਜਰਨੈਲ ਸਿੰਘ ਨੇ ਮੋਰਚਾ ਸ਼ੁਰੂ ਕੀਤਾ ਉਹਦੇ ਉਹ ਡਿਕਟੇਟਰ ਮੰਨੇ ਜਾਂਦੇ ਨੇ ਜੀ ਔਰ ਉਸ ਵੇਲੇ ਲੋਕ ਕਹਿੰਦੇ ਸੀ ਕਿ ਦੋ ਸੰਤ ਨੇ ਦੋ ਪਾਰਟੀਆਂ ਨੇ ਅਤੇ ਦੋ ਹੀ ਡਿਕਟੇਟਰ ਨੇ ਜੀ ਹੁਣ ਕਾਰਨ ਇਹ ਆ ਕਿ ਧਰਮਯੁੱਧ ਮੋਰਚੇ ਦੇ ਵਿੱਚ ਉਹ ਸਾਰੀਆਂ ਮੱਦਾਂ ਜਿਹੜੀਆਂ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਆ ਰਹੀਆਂ ਪਾਣੀ ਯਾਦ ਆ ਰਿਹਾ ਪੰਜਾਬ ਯਾਦ ਆ ਰਿਹਾ ਚੰਡੀਗੜ੍ਹ ਯਾਦ ਆ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਯਾਦ ਆਉਂਦਾ ਪਿਆ ਹੁਣ ਇਹਨਾਂ ਨੂੰ ਉਹ ਸਾਰਾ ਕੁਝ ਉਹਦੇ ਵਿੱਚ ਸੀ ਜੀ ਔਰ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਰੋਧਤਾ 'ਚ ਕੌਣ ਵੀ ਕੌਣ ਸੀ ਇਹਨਾਂ ਦੀ ਹੁਣ ਦੇ ਸਿਆਸੀ ਭਾਈਵਾਲ ਜਿਹਨਾਂ ਨਾਲ 1977 ਤੋਂ ਇਹਨਾਂ ਨੇ ਭਾਈਵਾਲੀ ਪਾਈ ਭਾਜਪਾ ਨਾਲ ਜੀ ਔਰ ਉਸੇ ਭਾਈਵਾਲ ਪਾਰਟੀ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤਾ ਦੱਸਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ਇਹੋ ਪੁੱਛਣਾ ਬਣਦਾ ਕਿ ਅੱਜ ਤੁਹਾਨੂੰ ਦਰਦ ਹੋਇਆ ਕਿੰਨਾ ਹੋਇਆ ਇਹ ਅਸੀਂ ਨਹੀਂ ਜਾਣਦੇ ਅੱਜ ਤੁਸੀਂ ਕਿਹਾ ਕਿ 84 ਦਾ ਜੋ ਕਤਲੇਆਮ ਹੋਇਆ ਉਸ ਤੋਂ ਬਾਅਦ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ 2020 'ਚ ਦਿੱਲੀ 'ਚ ਅਜਿਹਾ ਕੁਝ ਵਾਪਰੇਗਾ ਜੀ ਲੇਕਿਨ ਸਾਹਿਬ ਪ੍ਰਕਾਸ਼ ਸਿੰਘ ਜੀ ਇਹ ਜਦੋਂ ਤੁਸੀਂ ਸਾਰਾ ਕੁਛ ਅਨੰਦਪੁਰ ਸਾਹਿਬ ਦਾ ਮਤਾ ਹੀ ਭੁੱਲ ਗਏ ਸੱਤਾ 'ਚ ਆ ਗਏ ਉਸੇ ਭਾਈਵਾਲ ਨਾਲ ਫਿਰ ਅਚਨਚੇਤ ਉਸ ਭਾਈਵਾਲ ਪਾਰਟੀ ਦੇ ਖਿਲਾਫ਼ ਤੁਸੀਂ ਬੋਲਦੇ ਜ਼ਰੂਰ ਹੋ ਲੇਕਿਨ ਦੱਬੀ ਜ਼ਬਾਨ 'ਚ ਨਾਂ ਨਹੀਂ ਲਿਆ ਭਾਜਪਾ ਦਾ ਇਹਨਾਂ ਨੇ ਕੱਲ੍ਹ ਉੱਥੇ ਜੀ ਜੀ ਕੱਲ੍ਹ ਮੰਚ ਤੋਂ ਨਾਂ ਨਹੀਂ ਲਿਆ ਨਾ ਹੀ ਇਹ ਕਿਹਾ ਕਿ ਸਾਡੇ ਭਾਈਵਾਲ ਨੇ ਜੀ ਨਾਂ ਨਹੀਂ ਲਿਆ ਔਰ ਇਸੇ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਕਿ ਜਿਹੜਾ ਆਪਣਾ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਬਿਆਨ ਦਿੱਤਾ ਕਾਂਗੜ ਸਾਹਿਬ ਨੇ ਬਿਆਨ ਦਿੱਤਾ ਜਾਂ ਭਾਰਤ ਭੂਸ਼ਣ ਆਸ਼ੂ ਨੇ ਬਿਆਨ ਦਿੱਤਾ ਕਿ ਇੱਦਾਂ ਨਹੀਂ ਜੇ ਵਾਕਈ ਹਮਦਰਦੀ ਹੈ ਘੱਟ ਗਿਣਤੀਆਂ ਨਾਲ ਮਨੋਟੀਆਂ ਨਾਲ ਧੱਕਾ ਹੋਇਆ ਦਿੱਲੀ 'ਚ ਤੁਹਾਡੇ ਭਾਈਵਾਲ ਵੱਲੋਂ ਤਾਂ ਫਿਰ ਰੋਸ ਵਜੋਂ ਆਪਣੇ ਮੰਤਰੀ ਕੋ ਅਸਤੀਫਾ ਦੇ ਦਿੱਤਾ ਬਿਲਕੁਲ ਠੀਕ ਹੈ ਸਰਦਾਰ ਸਾਹਿਬ ਜਦੋਂ ਅਸੀਂ ਘਟਨਾਵਾਂ ਦਾ ਸਿਲਸਿਲਾ ਵੇਖਦੇ ਹਾਂ ਜੀ ਅਤੇ ਉਹਦੇ 'ਚੋਂ ਤਾਂ ਇਹੀ ਜੋ ਨਜ਼ਰ ਆਉਂਦਾ ਹੈ ਕਿ ਜਦੋਂ ਲੋੜ ਸੀ ਉਦੋਂ ਤੁਸੀਂ ਠੀਕ ਫੈਸਲੇ ਨਾ ਲਏ ਦੇਖੋ ਗੱਲ ਆ ਕਿ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜੀ ਮਾਫ਼ ਕਰਨਾ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਜਿੱਦਾਂ ਮਰਜ਼ੀ ਤੁਰੋ ਜੀ ਤੁਹਾਡਾ ਮਨ ਕਰੇ ਤੁਸੀਂ ਫੁੱਟਪਾਥ 'ਤੇ ਤੁਰੋ ਤੁਹਾਡਾ ਮਨ ਕਰੇ ਸੜਕ ਦੇ ਕਿਨਾਰੇ ਤੁਰੋ ਜੀ ਤੁਹਾਡਾ ਮਨ ਕਰੇ ਕਾਰ 'ਚ ਸਕੂਟਰ ਜਿੱਦਾਂ ਮਰਜ਼ੀ ਜਾਓ ਲੇਕਿਨ ਜਦੋਂ ਤੁਸੀਂ ਇਤਿਹਾਸ ਦੀਆਂ ਪੈੜਾਂ 'ਤੇ ਤੁਰਦੇ ਹੋ ਫਿਰ ਇਤਿਹਾਸ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਆਪਣੇ ਮਤਲਬ ਦਾ ਕਦਮ ਜਿਹੜਾ ਆਪਣੇ ਮਤਲਬ ਦੀ ਧਿਰ 'ਤੇ ਕਦਮ ਰੱਖ ਲਓ ਦੂਜੇ ਨੂੰ ਛੱਡ ਦਿਓ ਇਤਿਹਾਸ ਇਹ ਵੀ ਅਲਾਓ ਨਹੀਂ ਕਰਦਾ ਕਿ ਤੁਸੀਂ ਉਹੋ ਹੀ ਕਿਸੇ ਚੈਪਟਰ 'ਚੋਂ ਹਿੱਸਾ ਚੱਕੋ ਜਿਹੜਾ ਤੁਹਾਡੇ ਜਿਹੜਾ ਤੁਹਾਨੂੰ ਵਾਰਾ ਖਾਂਦਾ ਮਤਲਬ ਜਿੱਦਾਂ ਅਸੀਂ ਅਕਸਰ ਕਹਿੰਦੇ ਨਾ ਵੀ ਉਹੀ ਸ਼ੇਰੋ ਸ਼ਾਇਰੀ ਵਰਤ ਲਓ ਉਹੀ ਗੁਰਬਾਣੀ ਕੋਟ ਕਰ ਲਓ ਬਿਲਕੁਲ ਜਿਹੜੀ ਤੁਹਾਡੇ ਲਈ ਹਾਂ ਜਿਹੜੀ ਤੁਹਾਨੂੰ ਢੁਕਦੀ ਆ ਪਰ ਇਹ ਵੀ ਦੇਖ ਲਓ ਕਿ ਉਦੋਂ ਜਦੋਂ ਉਹ ਹੋਂਦ ਵਿੱਚ ਆਈਆਂ ਚੀਜ਼ਾਂ ਜੀ ਜਦੋਂ ਗੁਰਬਾਣੀ ਹਾਲਾਤ ਕੀ ਸੀ ਉਦੋਂ ਕਿਸ ਕੰਟੈਕਸਟ ਵਿੱਚ ਕਿਸ ਸੰਦਰਭ ਦੇ ਵਿੱਚ ਉਹ ਲਫ਼ਜ਼ ਉਚਾਰੇ ਗਏ ਬਿਲਕੁਲ ਔਰ ਦੂਸਰੀ ਗੱਲ ਜਿਹੜੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਤੁਸੀਂ ਅੱਜ ਉਹਨਾਂ ਘਟਨਾਵਾਂ 'ਚੋਂ ਆਪਣੇ ਆਪ ਨੂੰ ਮਨਫੀ ਕਦੇ ਨਹੀਂ ਕਰ ਸਕਦੇ ਸਵਾਲ ਹੀ ਪੈਦਾ ਨਹੀਂ ਆਉਂਦਾ ਤੁਸੀਂ ਇਹ ਨਹੀਂ ਤੁਸੀਂ ਪੰਜਾਬੀ ਸੂਬੇ ਦਾ ਮੋਰਚਾ ਯਾਦ ਕਰਦੇ ਹੋ ਤੁਸੀਂ ਪੰਜਾਬੀ ਭਾਸ਼ਾ ਦਾ ਕਰਦੇ ਹੋ ਲੇਕਿਨ ਤੁਸੀਂ ਇਸ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਲਈ ਕੁਝ ਕੀ ਕੀਤਾ ਤੁਸੀਂ ਇਸ ਪੰਜਾਬ ਨੂੰ ਬਚਾਉਣ ਲਈ ਕੀ ਕੀਤਾ
ਜਿਹੜਾ ਕਪੂਰੀ ਮੋਰਚਾ ਇਹਨਾਂ ਨੇ ਲਾਇਆ ਜੀ, ਲੇਕਿਨ ਆਖਰ ਦੇ ਉੱਤੇ ਤੁਹਾਨੂੰ ਯਾਦ ਹੋਣਾ 2016 ਦੇ ਵਿੱਚ ਜੀ ਜਦੋਂ ਹਰਿਆਣੇ ਦੇ ਵਿੱਚ ਚੁਟਾਲਿਆਂ ਨੇ ਰੋਸ ਰੈਲੀ ਕੀਤੀ ਅਤੇ ਨਾਲੇ ਤਾਂ ਉਹਨਾਂ ਨੂੰ ਪੈਸਾ ਵਾਪਸ ਮੋੜਤਾ ਜੀ, ਅਤੇ ਨਾਲੇ ਜਿਹੜੀ ਜ਼ਮੀਨ ਅਕੁਆਇਰ ਕੀਤੀ ਸੀ ਨਹਿਰ ਲਈ ਉਹ ਵਾਪਸ ਕਰਤੀ ਜਿਵੇਂ ਕਿਸਾਨਾਂ ਨੂੰ ਜੀ, ਤੁਸੀਂ ਉਸ ਵੇਲੇ ਕੀ ਕੀਤਾ? ਇੱਕ ਕਾਰਨ ਹੈ ਨਾ ਕਿ ਸਾਨੂੰ ਇੰਝ ਲੱਗਿਆ ਕਿ ਸਾਡੀ ਸੱਤਾ ਜਾ ਰਹੀ ਹੈ, ਹਾਂ ਸਾਨੂੰ ਫੈਸਲਾ ਲੈਣਾ ਜੀ, ਸਾਨੂੰ ਇਹ ਦਿਖਾਉਣਾ ਕਿ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਬਿਲਕੁਲ। ਲੇਕਿਨ ਸਵਾਲ ਇਹ ਹੈ ਕਿ ਜਦੋਂ ਚੀਜ਼ਾਂ ਵਾਪਰ ਰਹੀਆਂ ਸੀ ਉਦੋਂ ਕਿੱਥੇ ਸੀ? ਹਾਂ, ਮਤਲਬ 84 ਵਾਪਰ ਗਿਆ, 84 ਵਾਪਰ ਗਿਆ ਅਤੇ ਉਹ ਤੋਂ ਬਾਅਦ ਜੋ ਦਿੱਲੀ 'ਚ ਹੋਇਆ ਉਹਦੇ ਲਈ ਤਾਂ ਸਾਨੂੰ ਫਿਕਰ ਹੈ, ਹਾਂ ਅਸੀਂ ਉਹਦੇ ਲਈ ਦੁੱਖ ਪ੍ਰਗਟ ਕਰਦੇ ਹਾਂ ਅਤੇ ਹਰ ਮੰਚ ਤੋਂ ਕਾਂਗਰਸ ਨੂੰ ਭੰਡਦੇ ਹਾਂ, ਭੰਡਣਾ ਬਣਦਾ ਵੀ ਹੈ। ਕਾਂਗਰਸ ਵਰਗੀ ਘਟੀਆ ਜਮਾਤ ਕੋਈ ਨਹੀਂ ਹੋ ਸਕਦੀ ਜਿਹਨੇ ਉੱਥੇ ਉਸ ਮੌਕੇ 'ਤੇ ਸਰਕਾਰ 'ਚ ਹੁੰਦਿਆਂ ਕੁਝ ਨਾ ਕੀਤਾ। ਅਸੀਂ ਦਾਅਵਾ ਨਹੀਂ ਕਰਦੇ ਕਾਂਗਰਸ ਲੀਡਰ ਸ਼ਾਮਲ ਨੇ, ਸਜਾਵਾਂ ਹੀ ਆ, ਲੇਕਿਨ ਜਿਹੜੀ ਕਾਂਗਰਸ ਦੀ ਰਾਜੀਵ ਗਾਂਧੀ ਦੀ ਗਵਰਨਮੈਂਟ ਉਹਨਾਂ ਨੂੰ ਠੱਲਣ 'ਚ ਨਾਕਾਮਯਾਬ ਰਹੀ, ਉਸ ਤੋਂ ਘਟੀਆ ਗਵਰਨਮੈਂਟ ਕੀ ਹੋ ਸਕਦੀ? ਲੇਕਿਨ ਸਰਦਾਰ ਸਾਹਿਬ ਸਵਾਲ ਇਹ ਆ ਕਿ 84 ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਦੇ ਹਾਲਾਤ ਵੀ ਦਰਸਾਉਂਦੇ ਆ ਕਿ ਭੂਮਿਕਾ ਸਾਡਿਆਂ ਨੇ ਵੀ ਚੰਗੀ ਨਹੀਂ ਨਿਭਾਈ। ਬਿਲਕੁਲ, ਜੇ ਰੋਕ ਸਕਦੇ ਸੀ, ਇੱਕ ਪੂਰੇ ਦਾ ਪੂਰਾ ਡੇਢ ਦਹਾਕੇ ਤੱਕ ਫੈਲਿਆ ਹੋਇਆ ਅਤਿਆਚਾਰ ਆ ਕਿਸੇ ਵੀ ਧਿਰ ਵੱਲੋਂ, ਉਹ ਉੱਥੋਂ ਨਿਕਲਿਆ ਜਿੱਥੇ ਸਿਧਾਂਤਕ ਗਲਤੀ ਤੁਸੀਂ ਗੱਲਬਾਤ ਤੋਂ ਛੱਡ ਆਏ, ਜਿੱਥੇ ਤੁਸੀਂ ਠੀਕ ਤਰੀਕੇ ਨਾਲ ਪੰਜਾਬ ਨੂੰ ਰੀਪ੍ਰਜੈਂਟ ਨਹੀਂ ਕੀਤਾ। ਲੀਡਰਸ਼ਿਪ ਤੁਸੀਂ ਸੀ, ਕੌਣ ਸੀ ਤੁਸੀਂ? ਮੈਂ ਤਾਂ ਨਹੀਂ ਸੀ, ਬਿਲਕੁਲ ਸਹੀ ਗੱਲ, ਕੋਈ ਕਿਤਾਬਾਂ ਲਿਖਣ ਵਾਲੇ ਤਾਂ ਨਹੀਂ ਸੀ ਨਾ, ਲੀਡਰਸ਼ਿਪ 'ਚ ਤੁਸੀਂ ਬੈਠੇ ਸੀ, ਤੁਸੀਂ ਡਿਸਾਈਡ ਕਰਨਾ ਸੀ ਕਿ ਚੰਗਾ ਕੀ ਤੇ ਮਾੜਾ ਕੀ, ਤੁਸੀਂ ਤੇ ਬਾਹਾਂ ਖੜੀਆਂ ਕਰਕੇ ਨਿਕਲ ਗਏ। ਲੇਕਿਨ ਜਿਹੜਾ ਡੇਢ ਦਹਾਕਾ ਪੰਜਾਬ ਨੇ ਸੰਤਾਪ ਝੱਲਿਆ, ਉਹਦਾ ਹਿਸਾਬ ਕੌਣ ਦਿਓ? ਤੁਸੀਂ ਬੜਾ ਸੌਖਾ ਜਿਹਾ ਜੀ ਕਿ ਜਦੋਂ ਹਰਚੰਦ ਸਿੰਘ ਲੌਂਗੋਵਾਲ ਜੀ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਆਉਂਦੇ ਨੇ ਜੀ, ਇੱਕ ਲੰਬਾ ਸਮਾਂ ਸਾਨੂੰ ਯਾਦ ਹੈ ਕਿ ਸ਼ਾਇਦ 2010 ਤੱਕ, ਜੇ ਮੈਂ ਗਲਤ ਨਾ ਹੋਵਾਂ ਜੀ, 2010 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਕਦੇ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨਹੀਂ ਮਨਾਈ ਜੀ। 2010 ਦੇ ਵਿੱਚ ਪਹਿਲੀ ਵਾਰੀ ਸਰਨਿਆਂ ਨੇ ਉੱਥੋਂ ਆ ਕੇ ਲੌਂਗੋਵਾਲ ਦੀ ਬਰਸੀ ਮਨਾਤੀ ਜੀ, ਉੱਥੇ ਰੈਲੀ ਕਰ ਲਈ ਲੌਂਗੋਵਾਲ ਦੀ ਬਰਸੀ ਵਾਲੇ ਦਿਨ ਜੀ। ਉਹਦੇ ਤੋਂ ਬਾਅਦ ਇਹਨਾਂ ਨੂੰ ਯਾਦ ਆ ਗਿਆ ਇਹ ਤਾਂ ਸਾਡਾ ਸ਼ਹੀਦ ਹੈ ਜੀ, ਕਿਉਂਕਿ ਜਦੋਂ ਵੋਟਾਂ ਜਾਂਦੀਆਂ ਦੇਖੀਆਂ ਲੌਂਗੋਵਾਲ ਦੇ ਨਾਂ ਦੇ ਉੱਤੇ ਤਾਂ ਸਭ ਕੁਛ ਸਿੱਧਾ ਹੋ ਗਿਆ ਜੀ। ਲੌਂਗੋਵਾਲ ਨੂੰ ਜਦੋਂ ਲੌਂਗੋਵਾਲ ਸਮਝੌਤਾ ਕਰਦੇ ਨੇ ਪੰਜਾਬ ਦੇ, ਉਹਨਾਂ ਨੂੰ ਮੰਨਿਆ ਹੀ ਨਹੀਂ ਉਸ ਸਮਝੌਤੇ ਨੂੰ। ਪੰਜਾਬ ਕਹਿੰਦਾ ਸੀ ਸਾਨੂੰ ਵੇਚ ਆਇਆ ਹੈ ਜੀ, ਵੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੇਚ ਦਿੱਤਾ, ਧਰਮਯੁੱਧ ਮੋਰਚੇ ਦੀਆਂ ਮੰਗਾਂ ਨੂੰ ਵੇਚ ਦਿੱਤਾ। ਲੇਕਿਨ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਾਈਕਮਾਨ ਦਾ ਹੁਕਮ ਸੀ, ਅਤੇ ਜਿਹੜੀ ਲੌਂਗੋਵਾਲ ਦੀ ਹਾਈਕਮਾਨ ਸੀ ਉਹ ਤਾਂ 85 'ਚ ਚਲੇ ਗਈ ਸੰਸਾਰ 'ਚੋਂ ਜੀ, ਔਰ ਉਹਦੇ ਤੋਂ ਬਾਅਦ ਤਾਂ ਹਾਈਕਮਾਨ ਜਿਹੜੀ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਹੀ ਬਣੇ ਨੇ। ਦੇਖੋ ਗਲਤੀਆਂ ਬਹੁਤ ਹੋਈਆਂ, ਲੇਕਿਨ ਉਹਨਾਂ ਨੂੰ ਲੱਗਦਾ ਹੈ ਕਿ ਗਲਤੀਆਂ ਜਿਹੜੀਆਂ ਉਹ ਦੂਜੀਆਂ ਧਿਰਾਂ ਨੇ ਕੀਤੀਆਂ ਜੀ, ਅਸੀਂ ਤਾਂ ਪੰਥ ਦੇ ਅਤੇ ਪੰਜਾਬ ਦੇ ਹਿਤੈਸ਼ੀ ਰਹੇ। ਹਾਂ, ਉਹਨਾਂ ਦੀ ਬੋਡੀ ਲੈਂਗੁਏਜ ਅਤੇ ਉਹਨਾਂ ਦੀ ਭਾਸ਼ਾ ਇਹੀ ਦਰਸਾਉਂਦੀ ਹੈ ਕਿ ਅਸੀਂ ਅੱਜ ਵੀ ਸੱਚੇ ਹਿਤੈਸ਼ੀ ਅਤੇ ਅਲੰਬਰਦਾਰ ਹੈ ਇਸ ਖਿੱਤੇ 'ਤੇ ਜੀ। ਅੱਛਾ, ਦੂਜੀ ਗੱਲਾਂ ਦੀਆਂ ਗੱਲਾਂ ਬਾਕੀ ਤਾਂ ਛੱਡੋ, ਵੈਸੇ ਬਾਦਲ ਸਾਹਿਬ ਹੋ ਜਵਾਨ ਗਏ ਜਦੋਂ ਉਹ ਬੋਲ ਰਹੇ ਸੀ ਜੀ, ਪੂਰੇ ਐਂ ਲਹਿਜੇ 'ਚ ਬੋਲ ਰਹੇ। ਇਹਦਾ ਮਤਲਬ ਹੈ ਕਿ ਅਗਲੇ ਦਿਨਾਂ 'ਚ ਪੰਜਾਬ ਦੀ ਜਿਹੜੀ ਕਾਲੀ ਪੋਲੀਟਿਕਸ ਹੈ ਜੀ ਬਾਦਲ ਕਿਆਂ ਦੀ ਜੀ ਜੀ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਚਿਹਰਾ ਹੋਣਗੇ ਜੀ। ਔਰ ਜਦੋਂ ਪਤਾ ਹੋਵੇ ਨਾ ਕਿ ਲਾਗੇ ਕੋਈ ਸੰਨ ਲਾ ਰਿਹਾ ਜੀ, ਅਤੇ ਘਰ ਦਾ ਜੀ ਭਾਵੇਂ ਮੰਜੇ ਦੇ ਉੱਤੇ ਹੀ ਲੰਮਾ ਪਿਆ ਹੋਵੇ, ਫਿਰ ਵੀ ਉਹਨੂੰ ਨੀਂਦ ਨਹੀਂ ਆਉਂਦੀ, ਆਉਂਦੀ ਨਹੀਂ। ਉਹ ਕੰਸੋ ਰੱਖਦਾ ਵੀ ਬਿੜਕ ਰੱਖਦਾ, ਕਿਤੇ ਕੰਧ 'ਚ ਮਾੜੀ ਜਿਹੀ ਆਵਾਜ਼ ਵੀ ਆਵੇ ਅਤੇ ਮੰਜਾ ਵੀ ਹਿੱਲੇ ਅਤੇ ਉਹ ਵੀ ਕਹਿੰਦਾ ਵੀ ਦੇਖਿਓ ਭਲਾ ਕੋਈ ਵਾਕਿਆ ਤਾਂ ਨਹੀਂ ਆ ਗਿਆ ਜੀ ਜੀ। ਸੋ ਜਦੋਂ ਹਾਲਾਤ ਐਸੇ ਬਣ ਜਾਣ ਜੀ, ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 7 ਤਰੀਕ ਨੂੰ 7 ਮਾਰਚ ਨੂੰ ਜੀ ਸੁਖਦੇਵ ਸਿੰਘ ਢੀਂਡ ਸਾਹਿਬ ਬਠਿੰਡੇ ਪੁੱਜ ਰਹੇ ਨੇ ਜੀ, ਅਤੇ ਪਹਿਲਾਂ ਵੀ ਉਹਨਾਂ ਨੇ ਇੱਦਾਂ ਪੈਡ ਨੱਪੀ ਇਹਨਾਂ ਦੀ, ਬਹੁਤ ਬੰਦੇ ਕਹਿੰਦੇ ਜੀ ਉਹਨਾਂ ਨਾਲ ਜੁੜ ਰਹੇ ਆ। ਨਹੀਂ, ਪਹਿਲਾਂ ਸੰਗਰੂਰ 'ਚ 2 ਫਰਵਰੀ ਨੂੰ ਇਹਨਾਂ ਨੇ ਕੀਤਾ ਸੀ ਜੀ, ਉਹੀ ਸਾਰੀਆਂ ਗੱਲਾਂ ਜੋ ਇਤਿਹਾਸ ਇਹਨਾਂ ਨੇ ਕੱਲ੍ਹ ਦੁਹਰਾਇਆ ਉਹੀ ਉੱਥੇ ਦੁਹਰਾਇਆ, 2 ਨੂੰ ਦੁਹਰਾਇਆ, ਉਹ ਇੱਥੇ ਰਾਜਸਥਾਨ 'ਚ ਵੀ ਦੁਹਰਾਇਆ ਜੀ, ਅਤੇ ਤਰਨ ਤਾਰਨ ਆਪ ਆਏ ਨਹੀਂ ਉਹ ਜੀ। ਲੇਕਿਨ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਗੱਲ ਜਿਹੜੀ ਅਹਿਮ ਕੀਤੀ ਹੈ, ਉਹ ਕਹਿੰਦੇ ਕਿ ਹਾਲਾਂਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੇਰੇ ਕੁੜਮ ਸਨ ਜੀ, ਰਿਸ਼ਤੇਦਾਰੀ ਸੀ ਮੇਰੀ ਉਹਨਾਂ ਨਾਲ, ਉਹ ਮੁੱਖ ਮੰਤਰੀ ਸਨ, ਮੈਂ ਅਕਾਲੀ ਦਲ ਵੱਲੋਂ ਸਾਂ, ਔਰ ਮੈਂ ਉਹਨਾਂ ਨੂੰ ਸਾਫ਼ ਕਰਤਾ ਸੀ ਕਿ ਮੇਰੀ ਰਿਸ਼ਤੇਦਾਰੀ ਨਹੀਂ ਹੈ, ਮੈਂ ਪਾਰਟੀ ਦਾ ਵਫ਼ਾ। ਨਹੀਂ ਨਹੀਂ ਨਹੀਂ, ਮੈਂ ਠੀਕ ਕਰ ਦਿਆਂ, ਉਹ ਕਹਿੰਦੇ ਜੀ ਸੁਰਿੰਦਰ ਸਿੰਘ ਕੈਰੋਂ ਜੀ ਮੇਰੇ ਕਰੀਬੀ ਰਿਸ਼ਤੇਦਾਰ ਸੀ ਜੀ, ਕਿਉਂਕਿ ਉਹ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜੀ ਫਾਦਰ ਜੀ ਜੀ, ਅਤੇ ਬਾਦਲ ਸਾਹਿਬ ਦੀ ਜਿਹੜੀ ਉਹਨਾਂ ਦੇ ਕੁੜਮ ਸੀ। ਹਾਂ, ਮੈਂ ਸਮਝਿਆ ਤੁਹਾਡੇ। ਔਰ
ਅੱਜ ਸਰਦਾਰ ਸੁਰਿੰਦਰ ਸਿੰਘ ਨਹੀਂ ਰਹੇ ਇਸ ਦੁਨੀਆਂ 'ਚ, ਲੇਕਿਨ ਤੁਹਾਨੂੰ ਯਾਦ ਹੋਣਾ ਕਿ ਮੈਂਬਰ ਪਾਰਲੀਮੈਂਟ ਵਜੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਜੀ। ਔਰ ਕਹਿੰਦੇ ਜੀ ਆਪਣਾ ਮੈਂ ਕਦੇ ਵੀ ਰਿਸ਼ਤੇਦਾਰੀਆਂ ਨਹੀਂ ਪਾਲੀਆਂ, ਉਹ ਸੁਣਾਉਂਦੇ ਸੀ ਢੀਂਡਸਿਆਂ ਨੂੰ ਜੀ ਜੀ। ਉਹ ਕਹਿੰਦੇ ਜੀ ਮੈਂ ਤਾਂ ਪਾਰਟੀ ਪਹਿਲਾਂ ਰੱਖੀ, ਮੈਂ ਸਰਦਾਰ ਸੁਰਿੰਦਰ ਸਿੰਘ ਨੂੰ ਕਹਿਤਾ ਕਿ ਮੇਰੇ ਲਈ ਪਾਰਟੀ ਪਹਿਲਾਂ। ਉਹ ਵਾਰ ਵਾਰ ਕਹਿੰਦੇ ਰਹੇ ਕਿ ਮੇਰੇ ਲਈ ਸੁਖਬੀਰ ਕੁਛ ਨਹੀਂ ਗਾ, ਮੇਰੇ ਨਾਲ ਜੀ ਮੇਰੇ ਆਪਣੇ ਕੁਝ ਨਹੀਂ, ਸਿਰਫ ਪਾਰਟੀ ਪਹਿਲਾਂ। ਉਹ ਕਹਿੰਦੇ ਜੀ ਮੈਂ ਸਰਦਾਰ ਸੁਰਿੰਦਰ ਸਿੰਘ ਕੈਰੋਂ ਨੂੰ ਕਹਿਤਾ ਕਿ ਅਸੀਂ ਜਿਹੜਾ ਤੁਹਾਡੀ ਮਦਦ ਨਹੀਂ ਕਰ ਸਕਦੇ। ਤੇ ਸੁਰਿੰਦਰ ਸਿੰਘ ਕੈਰੋਂ ਹਾਰ ਗਏ, ਉਹ ਕਾਂਗਰਸ ਵੱਲੋਂ ਸੀ, ਸਾਡੇ ਉਮੀਦਵਾਰ ਨੇ ਉਹਨਾਂ ਨੂੰ ਹਰਾਤਾ। ਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਕੈਰੋਂ ਨੇ ਵੀ ਕਦੇ ਮੈਨੂੰ ਉਲਾਮਾ ਨਹੀਂ ਦਿੱਤਾ ਕਿ ਤੁਸੀਂ ਮੇਰੇ ਨਾਲ, ਕਿਉਂਕਿ ਕਹਿੰਦੇ ਜੀ ਪਾਰਟੀਆਂ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ। ਲੇਕਿਨ ਮੈਂ ਤਾਂ ਫਿਰ ਕਹਿਣਾ, ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਸੁਣ ਲਓ ਆਖਰੀ ਗੱਲ ਜੀ। ਜਦੋਂ ਕਹਿੰਦੇ ਆ ਕਿ ਤਿੰਨ ਮਾਵਾਂ ਹੁੰਦੀਆਂ ਜੀ, ਤੇ ਉਹ ਤੀਜੀ ਮਾਂ ਪਾਰਟੀ ਨੂੰ, ਲੇਕਿਨ ਦੂਜੀ ਮਾਂ ਦਾ ਉਹ ਫਿਕਰ ਕਰਨਾ ਭੁੱਲ ਜਾਂਦੇ ਜੀ। ਉਹ ਕਹਿੰਦੇ ਤੀਜੀ ਮਾਂ ਜਿਹੜੀ ਤੁਹਾਨੂੰ ਇੱਜ਼ਤ ਦਿੰਦੀ ਹੈ, ਲੇਕਿਨ ਜਿਹੜੀ ਤੁਹਾਨੂੰ ਰੋਟੀ ਦਿੰਦੀ ਹੈ ਦੂਜੀ ਮਾਂ ਇਹ ਧਰਤੀ, ਉਸ ਧਰਤੀ ਪ੍ਰਤੀ ਬਾਦਲ ਸਾਹਿਬ ਨਾ ਸ਼ੁਕਰੇ ਲੀਡਰਸ਼ਿਪ ਰਹੀ ਜਿਹਨਾਂ 'ਚ ਤੁਸੀਂ ਵੀ ਸ਼ਾਮਿਲ ਸੀ ਜੀ। ਸੋ ਤੀਜੀ ਮਾਂ ਤੋਂ ਪਹਿਲਾਂ ਦੂਜੀ ਮਾਂ ਨੂੰ ਯਾਦ ਕਰ ਲਓ ਜੀ। ਦੂਜੀ ਮਾਂ ਪੰਜਾਬ ਦੀ ਧਰਤੀ ਆ, ਜਿਸ ਧਰਤੀ ਦੇ ਉੱਤੇ ਹੁਣ ਕੋਈ ਵਸਣਾ ਨਹੀਂ ਚਾਹੁੰਦਾ ਜੀ। ਉਹ ਧਰਤੀ ਇੰਨੀ ਇਸ ਤਰ੍ਹਾਂ ਦੀ ਕਿਉਂ ਹੋ ਗਈ ਅਤੇ ਉਹਦੇ ਬੱਚੇ ਇਹਨੂੰ ਛੱਡਣਾ ਚਾਹੁੰਦੇ ਆ, ਉਹ ਵੀ ਇੱਕ ਮਸਲਾ ਹੈ। ਤੀਜੀ ਮਾਂ ਤੋਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਦੂਜੀ ਮਾਂ ਦਾ ਫਿਕਰ ਕਰਿਆ ਕਰੋ ਕਿ ਇਹਦੀ ਧਰਤੀ ਹੇਠ ਪਾਣੀ। ਮੈਂ ਤਾਂ ਇੱਕ ਹੋਰ ਗੱਲ ਕਹਿਣ ਲੱਗਾ, ਤੁਸੀਂ ਤਾਂ ਬਹੁਤ ਧਰਤੀ ਤੋਂ ਦੂਰ ਚਲੇ ਗਏ ਹੋ, ਰਿਸ਼ਤੇਦਾਰੀ 'ਚ ਤੁਸੀਂ ਵਿਸ਼ਵਾਸ ਨਹੀਂ ਰੱਖਦੇ ਜੀ, ਤੁਸੀਂ ਹਮੇਸ਼ਾ ਪਾਰਟੀ ਦੇ ਵਫ਼ਾਦਾਰ ਰਹੇ ਜੀ, ਲੇਕਿਨ ਤੁਹਾਡੀ ਪਾਰਟੀ ਦੇ ਵਿੱਚ, ਤੁਹਾਡੀ ਸਰਕਾਰ ਦੇ ਵਿੱਚ ਜੀ ਰਿਸ਼ਤੇਦਾਰੀਆਂ ਪਲੀਆਂ ਨੇ, ਪੰਜਾਬ ਨਹੀਂ ਪਲਿਆ। ਇਸ ਤਰਕ ਸੱਚ ਤੋਂ ਤੁਸੀਂ ਇਨਕਾਰੀ ਨਹੀਂ ਹੋ ਸਕਦੇ। ਸੋ ਇਹ ਤਾਂ ਉਹ ਸੀ ਸਿਲਸਿਲਾ ਜਿਹੜਾ ਸਾਡੇ ਆਲੇ ਦੁਆਲੇ ਸਿਆਸੀ ਘਟਨਾਕ੍ਰਮਾਂ ਦਾ, ਲੇਕਿਨ ਅਸੀਂ ਆਪਣੇ ਇਸ ਸੈਗਮੈਂਟ ਜਿਨ੍ਹਾਂ ਨੇ ਸਪੋਂਸਰ ਕੀਤਾ ਉਹਨਾਂ ਨੂੰ ਯਾਦ ਕਰਨਾ ਨਹੀਂ ਭੁੱਲ ਸਕਦੇ। ਸੁਖਰਾਜ ਸਿੰਘ ਕੰਘ ਟੋਰੋਂਟੋ ਤੋਂ ਸਵੀਟ ਮੈਲ ਰੈਸਟੋਰੈਂਟ ਚਲਾਉਂਦੇ ਆ, ਉਹ ਸਾਨੂੰ ਇਸ ਸੈਗਮੈਂਟ ਲਈ ਸਪੋਂਸਰ ਕਰ ਰਹੇ ਆ, ਸਾਨੂੰ ਸਰਪ੍ਰਸਤੀ ਦੇ ਰਹੇ ਆ, ਸਾਡਾ ਸਾਥ ਦੇ ਰਹੇ ਆ, ਸੋ ਉਹਨਾਂ ਦਾ ਬਹੁਤ ਧੰਨਵਾਦ। ਜਿਹੜੇ NRI ਵੀਰਵਾਰ ਬੈਠੇ ਆ, ਜਿਹੜੇ ਪੰਜਾਬ ਲਈ ਸਦਾ ਦਿਲ 'ਚ ਦਰਦ ਰੱਖਦੇ ਆ, ਉਹਨਾਂ ਸਾਰਿਆਂ ਪ੍ਰਤੀ ਸਿਰ ਝੁਕਦਾ ਹੈ ਕਿ ਉਹ ਹਰ ਤਰੀਕੇ ਨਾਲ ਪੰਜਾਬ ਨੂੰ ਸਰਵ ਕਰਦੇ ਆ। ਅਸੀਂ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਸੁਖਰਾਜ ਜੀ ਦਾ। ਸੋ ਉਹਨਾਂ ਦਾ ਜਿਹੜਾ ਸਵੀਟ ਮੈਲ ਰੈਸਟੋਰੈਂਟ ਆ, ਉਹਦੀਆਂ ਮਠਿਆਈਆਂ ਅਤੇ ਉੱਥੋਂ ਦੇ ਖਾਣਿਆਂ ਦੀ ਖੁਸ਼ਬੂ ਨਾਲ ਤੁਹਾਨੂੰ ਛੱਡ ਜਾਂਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਵਰਗਾ ਮਹਿਸੂਸ ਹੋਵੇ, ਜਿਸ ਦੀਆਂ ਤਾਜ਼ੀਆਂ ਦਾਲਾਂ, ਸਬਜ਼ੀਆਂ, ਮਠਿਆਈਆਂ ਵਿੱਚ ਪਿੰਡ ਦੀ ਖੁਸ਼ਬੂ ਹੋਵੇ। ਬੇਸ਼ੱਕ ਵਿਆਹ, ਸ਼ਾਦੀ, ਛੋਟੀ ਵੱਡੀ ਪਾਰਟੀ ਕਿਉਂ ਨਾ ਹੋਵੇ, ਪਰ ਮਿੱਤਰੋ ਰੈਸਟੋਰੈਂਟ ਸਵੀਟ ਮਹਿਲ ਹੀ ਹੋਵੇ। ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ, ਸਵੀਟ ਮਹਿਲ ਰੈਸਟੋਰੈਂਟ, ਜਿੰਨਾ ਸੋਹਣਾ ਰੈਸਟੋਰੈਂਟ ਉਸ ਤੋਂ ਵੀ ਜ਼ਿਆਦਾ ਸਵਾਦ ਖਾਣਾ। ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ ਕਰਵਾਓ। ਸਵੀਟ ਮਹਿਲ ਰੈਸਟੋਰੈਂਟ ਦਾ ਨੰਬਰ ਘੁਮਾਓ। ਸਵੀਟ ਮਹਿਲ ਰੈਸਟੋਰੈਂਟ, ਟ੍ਰੈਡੀਸ਼ਨ of taste.